ਬਠਿੰਡਾ ਵਿਖੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾ ਟੀਕਾ ਐਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ ਡੀਕੇ ਸਿੰਘ ਨੇ ਲਗਵਾਇਆ ਜਰਕੇ ਦੂਜਾ ਟੀਕਾ ਲਗਵਾਉਣ ਵਾਲੇ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਸੰਨ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਲੰਬੇ ਸਮੇਂ ਬਾਅਦ ਹਲ ਮਿਲਿਆ ਏ ਅਤੇ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਨ੍ਹਾਂ ਨੇ ਕਿਹਾ ਕਿ ਐਮਜ਼ ਸੰਸਥਾ ਦੇ ਡਾਇਰੈਕਟਰ ਡਾਕਟਰ ਡੀਕੇ ਸਿੰਘ ਨੇ ਸਭ ਤੋਂ ਪਹਿਲਾ ਟੀਕਾ ਲਗਵਾ ਕੇ ਆਮ ਪੂਰੀ ਤਰ੍ਹਾਂ ਸੁਰੱਖਿਆ ਤੇ ਸਭ ਅੱਜ ਬਠਿੰਡੇ ਦੇ ਔਰ ਪ੍ਰੋਟੋਕੋਲ ਇਹ ਬਣਾਇਆ ਗਿਆ ਹੈ ਕਿ ਜਿਹੜੇ ਫਰੰਟ ਲਾਈਨ ਹੈਲਥ ਵਰਕਰਸ ਹੈ ਜਿਹੜੇ ਕਿ ਮਹਿਕਮਾ ਸਿਹਤ ਸਰਕਾਰੀ ਜਿਹੜੇ ਕੰਮ ਕਰਦੇ ਆ ਮੁਲਾਜ਼ਮੀਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਹਿਫਾਜ਼ਤੀ ਟੀਕੇ ਲੱਗਣਗੇ ਉਸ ਤੋਂ ਬਾਅਦ ਜਿਹੜੇ ਆ ਉਹ ਫਿਰ ਜਨਰਲ ਪਬਲਿਕ ਨੂੰ ਸ਼ੁਰੂ ਕਰਾਂਗੇ ਔਰ ਏਮਸ ਦੇ ਡਾਇਰੈਕਟਰ ਡਾਕਟਰ ਡਿਕਰੀ ਸਿੰਘ ਅਤੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਦਰਦ ਜਾਂ ਕੋਈ ਹੋਰ ਸਰੀਰਕ ਪਰੇਸ਼ਾਨੀ ਮਹਿਸੂਸ ਨਹੀਂ ਹੋ ਰਹੀ ਅਤੇ ਲੋਕਾਂ ਨੂੰ ਫਾਰਮਾ ਤੋਂ ਬਚਣਾ ਚਾਹੀਦਾ ਹੈ ਡਾਕਟਰ ਡੀਕੇ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਕਿਸੇ ਡਰ ਦੇ ਵੈਕਸੀਨ ਲਗਵਾਉਣ इससे जो आम लोगों पर यह मैसेज जरूर जाना चाहिए कि वैक्सीन सेफ है कोई दिक्कत नहीं है जब-जब आपका नंबर आए जब आपको सूचना मिले वैक्सीन के लिए जब आपको बुलाया जाए तब आप जरूर आके वैक्सीन लगाएं आपको मालूम है कि पहले चरण में हेल्थ वर्कर्स को दिया जा रहा है उस चरण पूरा होने के बाद जो भारत सरकार की गाइडलाइन आएगी उस हिसाब से वैक्सीन दिया जाएगा नहीं नहीं ऐसी कोई बात नहीं है आपके सामने मैं खड़ा हूं वैक्सीन लगे हुए मुझे करीब दस मिनट हो गए हैं ऐसी कोई मुझे परेशानी नहीं है मैं खुद डॉक्टर हूँ तो इसलिए अगर कोई परेशानी होगी तो हमें महसूस हो जाएगी ऐसी कोई दिक्कत नहीं है बाद में कोविड का ਪੈਟੀਕਾ ਕਰਨ ਦਾ ਉਦਘਾਟਨ ਜਿਵੇਂ ਪ੍ਰਾਈਮ ਮਿਨਿਸਟਰ ਜੀ ਤੇ ਉਸ ਤੋਂ ਬਾਅਦ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕੀਤਾ ਮੈਂ ਆਪਦੇ ਬਠਿੰਡੇ ਵਿੱਚ ਇੱਥੇ ਆਪਣਾ ਇੰਜੈਕਸ਼ਨ ਲਵਾਇਆ ਹੈ ਡਾਇਰੈਕਟਰ ਐਗਜ਼ੀਕਿਊਟਿਵ ਡਾਇਰੈਕਟਰ ਸਾਹਿਬ ਨੇ ਵੀ ਲਵਾਇਆ ਅਸੀਂ ਦੋਹਾਂ ਨੂੰ ਸਾਨੂੰ ਕੋਈ ਘਬਰਾਹਟ ਨਹੀਂ ਬਿਲਕੁਲ ਸੇਫ